ਬਹੁਤ ਔਰਤਾਂ ਹੋਣਗੀਆਂ, ਬਹੁਤ ਲੜਕੀਆਂ ਹੋਣਗੀਆਂ, ਤਾਂ ਤੁਹਾਨੂੰ ਕੀ ਲੱਗੇਗਾ ਕਿ ਅਸੀਂ ਇੰਨੀਆਂ ਜ਼ਿਆਦਾ ਰੱਬ ਦੀਆਂ ਬਣਾਈਆਂ ਇਹੋ ਜਿਹੀਆਂ ਵਾ? ਸਤਿ ਸ਼੍ਰੀ ਅਕਾਲ ਜੀ, ਮੈਂ ਖੁਸ਼ੀ ਤੇ ਲੈ ਕੇ ਹਾਜ਼ਰ ਹਾਂ ਖਰੀਆਂ ਖਰੀਆਂ। ਦੋਸਤੋ, ਜੇ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ, ਤਾਂ ਪੰਜਾਬੀ ਇੰਡਸਟਰੀ ਦਾ ਮਾਹੌਲ ਦਿਨੋ ਦਿਨ ਵਿਗੜ ਰਿਹਾ ਹੈ। ਇਸ ਮਾਹੌਲ ਦੇ ਵਿੱਚ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਹੈ। ਇਹਨਾਂ ਦੋਨੋਂ ਦੀ ਕੰਟਰੋਵਰਸੀ ਦੇ ਵਿੱਚ ਜਿੱਥੇ ਹਿਮਾਂਸ਼ੀ ਖੁਰਾਣਾ ਨੇ ਸ਼ਹਿਨਾਜ਼ ਗਿੱਲ ਨੂੰ ਆਪਣੇ ਗਾਣੇ ਅੱਗ ਦੇ ਰਾਹੀਂ ਟਾਰਗੇਟ ਕੀਤਾ, ਤਾਂ ਉੱਥੇ ਹੀ ਸ਼ਹਿਨਾਜ਼ ਗਿੱਲ ਨੇ ਅੰਟੀ ਅੰਟੀ ਗਾਣੇ ਦੇ ਨਾਲ ਹਿਮਾਂਸ਼ੀ ਖੁਰਾਣਾ ਨੂੰ ਟਾਰਗੇਟ ਕੀਤਾ। ਪਰ ਸ਼ਹਿਨਾਜ਼ ਗਿੱਲ ਆਪਣੇ ਇਸ ਗਾਣੇ ਦੇ ਕਰਕੇ ਬਹੁਤ ਜ਼ਿਆਦਾ ਟ੍ਰੋਲ ਹੋਈ। ਲੋਕਾਂ ਨੇ ਸ਼ਹਿਨਾਜ਼ ਗਿੱਲ ਨੂੰ ਬਹੁਤ ਜ਼ਿਆਦਾ ਖੜੀ ਖੋਟੀ ਵੀ ਸੁਣਾਈ। ਉੱਥੇ ਹੀ ਸ਼ਹਿਨਾਜ਼ ਗਿੱਲ ਦੇ ਇਸ ਗਾਣੇ ਨੂੰ ਲੈ ਕੇ ਇੱਕ ਹੋਰ ਵੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸੰਜੀਤ ਸਿੰਘ ਸ਼ਹਿਨਾਜ਼ ਗਿੱਲ ਨੂੰ ਟ੍ਰੋਲ ਕਰਦੇ ਹੋਏ ਨਜ਼ਰ ਆ ਰਹੇ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹੁਣ ਕਹਿ ਸਕਦਾ ਆਪਣਾ ਸੰਜੀਤ ਸਿੰਘ। ਬਹੁਤ ਪਿਆਰ ਦਿੱਤਾ ਤੁਸੀਂ ਪਹਿਲੇ ਮੇਰੇ ਵੀਡੀਓ ਨੂੰ, ਉਮੀਦ ਤੋਂ ਪਰੇ 93-94% ਲੋਕ ਪੋਜ਼ਿਟਿਵ ਰਿਸਪੋਂਸ ਸੀ। ਹਾਫ ਰਿਸਪੋਂਸ ਵੀ ਮਿਲ ਜਾਂਦਾ 50-50 ਤਾਂ ਵੀ ਮੇਰੇ ਲਈ ਬਹੁਤ ਸੀ, ਪਰ ਇਹ ਤਾਂ ਜ਼ਿਆਦਾ ਹੋ ਗਿਆ। ਪਰਮਾਤਮਾ ਨੇ ਮਿਹਰ ਕੀਤੀ ਮੇਰੇ ਜ਼ਰੀਏ, ਜੇ ਕੁਛ ਸੰਦੇਸ਼ ਮਿਲਿਆ ਤਾਂ। ਹੁਣ ਆਂਟੀ ਆਂਟੀ ਦਾ ਰਿਪਲਾਈ ਵੀ ਮੈਂ ਕਿਹਾ ਚਲੋ ਕਰ ਹੀ ਦਈਏ, ਕਿਉਂਕਿ ਪਸੰਦ ਕੀਤਾ ਲੋਕਾਂ ਨੇ ਪਹਿਲਾ ਰਿਪਲਾਈ। ਸ਼ਹਿਨਾਜ਼ ਕੌਰ ਨੇ, ਮੇਰਾ ਤਾਂ ਨਾਮ ਲੈਣ 'ਤੇ ਵੀ ਦਿਲ ਨਹੀਂ ਕਰਦਾ ਪਿਆ, ਸੀਰੀਅਸਲੀ ਨਾਮ ਉਹਦਾ ਬੋਲਣ 'ਤੇ ਜਾਂ ਲੈਣ 'ਤੇ ਬਿਲਕੁਲ ਦਿਲ ਨਹੀਂ ਕਰਦਾ। ਮੇਨ ਗੱਲ ਪੂਰੇ ਗਾਣੇ 'ਚ ਉਹਨੇ ਕੀ ਕਿਹਾ, ਬੁੱਢੀ ਆਂਟੀ 35 ਸਾਲ ਦੀ ਤੀ 35 ਸਾਲ ਦੀ ਕਿਹਾ ਗਿਆ ਉਹਨੂੰ, ਐਂਡ ਉੱਚੇ ਦੰਦ। ਪਹਿਲਾਂ ਉਹਨੇ ਕਾਲੇ ਰੰਗ ਦੇ ਉੱਪਰ ਮਜ਼ਾਕ ਬਣਾਤਾ, ਹੁਣ ਉਹਨੇ ਆਂਟੀ ਵਰਡ ਦੇ ਉੱਪਰ ਮਜ਼ਾਕ ਬਣਾ ਦਿੱਤਾ। 30-35 ਸਾਲ ਵਾਲਾ ਆਂਟੀ, ਉੱਚੇ ਦੰਦ, ਕਾਲਾ ਰੰਗ, ਇਹਨਾਂ ਚਾਰੋਂ ਚੀਜ਼ਾਂ ਉੱਪਰ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਕਿਹਾ ਸੀ, ਵੀਡੀਓ ਬੰਦੇ ਦਾ ਕੋਈ ਵਸ ਨਹੀਂ। ਤੁਸੀਂ ਸਪੋਜ਼ ਕਰੋ ਬਹੁਤ ਔਰਤਾਂ ਹੋਣਗੀਆਂ, ਬਹੁਤ ਲੜਕੀਆਂ ਹੋਣਗੀਆਂ, ਜਿਨ੍ਹਾਂ ਦੇ ਉੱਚੇ ਦੰਦ ਆ, ਰੰਗ ਕਾਲਾ, 30-35 ਸਾਲ ਉਮਰ ਤਾਂ ਸਭ ਦੀ ਹੋਣੀ ਹੈ, ਅਤੇ ਆਂਟੀ ਵਰਡ, ਐਂਡ ਇਹਨੇ ਸਭ ਚੀਜ਼ਾਂ ਦਾ ਮਜ਼ਾਕ ਬਣਾ ਦਿੱਤਾ। ਉਹਨਾਂ ਸਾਰੀਆਂ ਨੂੰ ਕੀ ਲੱਗੇਗਾ ਵੀ ਅਸੀਂ ਇੰਨੀਆਂ ਜ਼ਿਆਦਾ ਰੱਬ ਦੀਆਂ ਬਣਾਈਆਂ ਇਹੋ ਜਿਹੀਆਂ ਵਾ, ਜਿਹਦਾ ਲੋਕ ਮਜ਼ਾਕ ਬਣਾਉਂਦੇ ਆ, ਐਂਡ ਇੱਕ ਮਜ਼ਾਕ ਬਣਾਉਣ ਵਾਲੀ ਚੀਜ਼ ਹੈ, ਉਹਨਾਂ ਸਾਰਿਆਂ 'ਤੇ ਕੀ ਬੀਤੇਗੀ? ਐਂਡ ਮੈਂ ਬਿਲਕੁਲ ਵੀ ਮਾੜਾ ਨਹੀਂ ਬੋਲਣਾ ਚਾਹੁੰਦਾ, ਪਰ ਇਹ ਹੈ ਵੀ ਸ਼ਹਿਨਾਜ਼, ਜੇ ਤੇਰਾ 1 ਸੈਕਿੰਡ ਦਾ ਭਰੋਸਾ ਨਹੀਂ, ਰੱਬ ਦੰਦ ਉੱਚੇ ਤਾਂ ਦੂਰ ਦੀ ਗੱਲ, ਤੇਰੇ ਜਿਹੜੇ ਹੈਗੇ ਉਹ ਵੀ ਤੋੜ ਸਕਦਾ ਸਕਿੰਟਾਂ ਦੇ ਵਿੱਚ, ਪਤਾ ਨਹੀਂ ਕਿਸ ਚੀਜ਼ ਦਾ ਗਰੂਰ ਹੈ, ਆੜਾ ਚਿਹਰਾ, 1 ਸੈਕਿੰਡ ਦਾ ਭਰੋਸਾ, ਕਿੱਧਰੋਂ ਮੂੰਹ ਵੱਜੇ, ਕਿੱਧਰੋਂ ਬੰਦਾ ਡਿੱਗੇ, ਕਿੱਧਰੋਂ ਕੀ ਮੂੰਹ ਦਾ ਬਣ ਜੇ, ਉਮਰ ਤੇਰੀ ਵੀ ਹੋਣੀ ਹੈ, ਆਂਟੀ ਤੂੰ ਵੀ ਬਣਨਾ, ਆਂਟੀ ਵਰਡ ਦਾ ਮਜ਼ਾਕ ਤੁਹਾਡੇ ਘਰ ਦੇ ਰਿਸ਼ਤੇਦਾਰ, ਸੋਰੀ ਟੂ ਸੇ ਬਟ ਯੂਰ ਮਦਰ, ਸਾਰੇ ਆਂਟੀ ਹੀ ਹੈ, ਮੇਰੇ ਮਦਰ, ਤੁਹਾਡੇ ਮਦਰ, ਸਾਰੇ ਆਂਟੀ ਹੀ ਹੁੰਦੇ ਆ, ਅਤੇ ਆਂਟੀ ਵਰਡ ਇੰਨਾ ਬੇਕਾਰ ਹੈ, ਜਿਹਦਾ ਮਜ਼ਾਕ ਫੁੱਲ ਬਣਾ ਦਿੱਤਾ ਗਿਆ ਵੀ ਆਂਟੀ ਹੈ ਨਾ। ਸ਼ਹਿਨਾਜ਼ ਹਿਮਾਂਸ਼ੀ ਕਿਸੇ ਪਾਸਿਓਂ ਆਂਟੀ ਹੈ ਨਾ, ਕਾਲੀ ਹੈ ਨਾ, ਉੱਚੇ ਦੰਦ ਹੈ, ਇਹ ਸਭ ਉਹਨੂੰ ਤਾਂ ਕੁਛ ਕਿਹਾ ਹੀ ਨਹੀਂ ਤੁਸੀਂ, ਤੁਸੀਂ ਨਹੀਂ ਤੂੰ, ਉਹਨੂੰ ਤਾਂ ਕੁਛ ਕਿਹਾ ਹੀ ਨਹੀਂ ਹਿਮਾਂਸ਼ੀ ਨੂੰ, ਤੁਸੀਂ ਪੂਰੀ ਦੁਨੀਆ ਦੀਆਂ ਔਰਤਾਂ ਦਾ ਮਜ਼ਾਕ ਬਣਾ ਦਿੱਤਾ। ਹਿਮਾਂਸ਼ੀ ਨੂੰ ਤਾਂ ਕੋਈ ਗੱਲ ਦਾ ਗੁੱਸਾ ਲੱਗੇਗਾ ਹੀ ਨਹੀਂ, ਕਿਉਂਕਿ ਉਹ ਜੋ ਉਹਨੂੰ ਤੁਸੀਂ ਗੱਲਾਂ ਕਹਿ ਰਹੇ ਹੋ ਉਹਨਾਂ ਵਿੱਚੋਂ ਇੱਕ ਵੀ ਗੱਲ ਉਹਦੇ 'ਤੇ ਤਾਂ ਹੈ ਹੀ ਨਹੀਂ, ਉਹਦੇ ਉੱਪਰ ਬਣ ਹੀ ਨਹੀਂ ਰਹੀ, ਜਿਹੜੀਆਂ ਗੱਲਾਂ ਬਣ ਰਹੀਆਂ ਉਹ ਤਾਂ ਬਾਕੀ ਔਰਤਾਂ ਦੀਆਂ ਬਣ ਗਈਆਂ। ਸ਼ਰਮ ਕਰ ਮਾੜੀ ਮੋਟੀ, ਕਿਉਂਕਿ ਇਹ ਬੜੀ ਜ਼ਿਆਦਾ ਇਨਹਿਊਮੈਨਿਟੀ ਹੈ, ਇਨਹਿਊਮੈਨਿਟੀ ਹੁੰਦਾ ਪਤਾ ਨਹੀਂ ਜੋ ਵੀ ਹੁੰਦਾ, ਸਾਰੀਆਂ ਔਰਤਾਂ ਲੜਕੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਚਾਰਾਂ ਗੱਲਾਂ 'ਚੋਂ ਜੋ ਉਹਨੇ ਬਕਵਾਸ ਕੀਤੀ ਹੈ, ਜੋ ਉਹਨੇ ਪਕਾਈ ਮਾਰੀ ਹੈ ਗਾਣੇ ਵਿੱਚ, ਇਹਨਾਂ ਵਿੱਚੋਂ ਕੁਛ ਵੀ ਹੈ ਤਾਂ ਤੁਸੀਂ ਆਪਦਾ ਕੌਨਫੀਡੈਂਸ ਲੋ ਨਹੀਂ ਕਰਨਾ, ਇਹ ਅਗਲੇ ਨੂੰ ਡਰਨਾ ਚਾਹੀਦਾ ਜਿਹਨੇ ਇਹੋ ਜਿਹੀ ਗੱਲ ਬੋਲੀ ਹੈ। ਉਹਨੂੰ ਰਿਜ਼ਲਟ ਮਿਲੀ ਵੀ ਜਾ ਰਿਹਾ, ਪਰ ਉਹ ਇੰਨੀ ਬੇਸ਼ਰਮ ਹੈ, ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਇੰਨੇ ਲੋਕ ਖਿਲਾਫ਼ ਹੈ, ਉਹ ਸਗੋਂ ਹਟਣ ਦੀ ਬਜਾਏ ਉਹਨੇ ਇਹੋ ਜਿਹਾ ਗਾਣਾ ਕੱਢ ਕੇ ਹੋਰ ਪੰਗਾ ਲੈ ਲਿਆ। ਇੰਨੀਆਂ ਔਰਤਾਂ ਦਾ ਮਜ਼ਾਕ ਬਣਾਇਆ, ਹਿਮਾਂਸ਼ੀ ਦਾ ਮਜ਼ਾਕ ਤਾਂ ਉਹਨੇ ਬਣਾਇਆ ਹੀ ਨਹੀਂ ਹੈ, ਮੈਂ ਤੁਹਾਨੂੰ ਫਿਰ ਕਹਿਣਾ ਪਿਆ, ਉਹਨੇ ਬਾਕੀ ਔਰਤਾਂ ਦਾ ਮਜ਼ਾਕ ਬਣਾ ਦਿੱਤਾ। 35 ਸਾਲ ਵਾਲੀ ਨੂੰ ਕੀ ਲੱਗੇਗਾ ਵੀ 35 ਸਾਲ ਵਾਲੀ ਮੈਂ ਤਾਂ ਆਂਟੀ ਹਾਂ, ਆਂਟੀ ਮਾੜਾ ਵਰਡ ਹੈ, ਆਂਟੀ ਕੋਈ ਮਾੜਾ ਵਰਡ ਨਹੀਂ ਹੈ। ਕਾਲੀ ਕੁੜੀ ਨੂੰ ਕੀ ਲੱਗੇਗਾ ਵੀ ਮੈਂ ਕਾਲੀ ਹਾਂ, ਤਾਂ ਮਤਲਬ ਇਹ ਇੱਕ ਮਜ਼ਾਕ ਵਾਲੀ ਚੀਜ਼ ਹੈ, ਕੋਈ ਮਜ਼ਾਕ ਵਾਲੀ ਚੀਜ਼ ਨਹੀਂ ਹੈ ਆ, ਉੱਚੇ ਦੰਦ ਹੈ ਜਿੰਦੇ, ਕਿਸੇ ਦਾ ਵੱਸ ਹੈ, ਕਿਸੇ ਦਾ ਕੋਈ ਵੱਸ ਨਹੀਂ ਹੈ, ਉੱਚੇ ਦੰਦ ਹੈ,
ਜਗਲੇ ਨੂੰ ਸੂਟ ਕਰੀ ਜਾ ਰਿਹਾ ਤਾਂ ਇਹ ਅਗਲੇ ਦਾ ਰੱਬ ਦਾ ਜੋ ਵੀ ਹੈ, ਕਿਸੇ ਨੂੰ ਕੋਈ ਰੂਪ, ਕਿਸੇ ਨੂੰ ਕੋਈ ਰੂਪ ਦਿੱਤਾ ਉਹਨੇ, ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਐਡੇ ਘਟੀਆਪਨ, ਐਡੀ ਚੀਪਨੈਸ ਦੇ ਨਾਲ ਪੇਸ਼ ਕਰਕੇ ਐਡਾ ਲੋਕਾਂ ਦਾ ਮਜ਼ਾਕ ਬਣਾ ਦਿੱਤਾ। ਸ਼ਹਿਨਾਜ਼, ਤੈਨੂੰ ਸ਼ਰਮ ਤਾਂ ਕੀ ਆਉਣੀ ਹੈ, ਸ਼ਰਮ ਵਾਲੀ ਸਟੇਜ ਤਾਂ ਲੰਘ ਚੁੱਕੀ ਹੈ, ਹੁਣ ਸ਼ਰਮ ਨਹੀਂ ਆਏਗੀ। ਮਾਫ਼ੀ ਵੀ ਨਾ ਮੰਗੀ, ਕਿਉਂਕਿ ਹੁਣ ਮਾਫ਼ੀ ਦਾ ਕੋਈ ਫਾਇਦਾ ਨਹੀਂ, ਇੰਨਾ ਕੁਛ ਬੋਲ ਕੇ ਮਾਫ਼ੀ ਜੇ ਮਿਲ ਜੇ ਫਿਰ ਤਾਂ ਸਾਰੀ ਦੁਨੀਆ ਜੋ ਮਰਜ਼ੀ ਕਰੀ ਚੱਲਣ, ਮਾਫ਼ੀ ਮੰਗੀ ਜਾਵੇ। ਤੂੰ ਇੱਦਾਂ ਕਰ, ਤੂੰ ਇੰਡਸਟਰੀ ਛੱਡ ਦੇ, ਤੈਨੂੰ ਸਾਰੀਆਂ ਥਾਵਾਂ ਤੋਂ ਬਲੋਕ ਬੈਨ ਕਰ ਦੇਣਾ ਚਾਹੀਦਾ ਤੈਨੂੰ ਹਰ ਪਾਸਿਓਂ, ਤੇਰੀ ਆਵਾਜ਼ ਨੂੰ, ਤੇਰੀ ਸ਼ਕਲ ਸੂਰਤ ਨੂੰ, ਜਿੰਨਾ ਤੈਨੂੰ ਗਰੂਰ ਹੈ, ਸਾਰੇ ਪਾਸੇ ਬਸ ਤੂੰ ਦਿਸੇ ਹੀ ਨਾ ਕਿਸੇ ਨੂੰ। ਐਂਡੇ ਕੰਮ ਹੋ ਵੀ ਸਕਦਾ, ਤੁਸੀਂ ਸਾਰੇ ਲੋਕ ਪਹਿਲਾਂ ਮੈਂ ਕਿਹਾ ਸੀ ਅਨਫੋਲੋ ਕਰ ਦਿਉ, ਹੁਣ ਤੁਸੀਂ ਇਹਦਾ ਪੇਜ ਜਾਂ ਜੋ ਵੀ ਕੁਛ ਹੈ ਬਲੋਕ ਹੀ ਕਰ ਦਿਉ ਤਾਂ ਕਿ ਦਿਸੇ ਹੀ ਨਾ। ਥੈਂਕ ਯੂ, ਬਾਕੀ ਮਾਫ਼ ਕਰਨਾ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਜ਼ਿਆਦਾ ਗਲਤ ਲੱਗ ਗਈ ਹੋਵੇ, ਪਰ ਤੁਸੀਂ ਪਹਿਲਾਂ ਵੀਡੀਓ ਨੂੰ ਜੋ ਪਿਆਰ ਦੇ ਦਿੱਤਾ ਉਹ ਮੇਰੀਆਂ ਉਮੀਦਾਂ ਤੋਂ ਪਰੇ ਆ, ਕਿਉਂਕਿ ਮੈਂ ਨਹੀਂ ਸੋਚਿਆ ਸੀ, ਮੈਨੂੰ ਉਮੀਦ ਸੀ 50-50 ਰਿਸਪੋਂਸ ਆਏਗਾ, 50 ਨਹੀਂ 60-50 ਹੋ ਜਾਏਗਾ, ਪਰ ਇਹ 94-93% ਪੋਜ਼ਿਟਿਵ ਰਿਸਪੋਂਸ ਸੀ, ਸ਼ਾਇਦ ਇਸ ਤੋਂ ਵੀ ਜ਼ਿਆਦਾ ਸੀ। ਥੈਂਕ ਯੂ ਸੋ ਮੱਚ। ਪਰਮਾਤਮਾ ਅਕਲ ਬਖਸ਼ਦਾ, ਪਰਮਾਤਮਾ ਗੱਲਾਂ ਕਢਾਉਂਦਾ ਮੂੰਹ 'ਚੋਂ, ਪਰਮਾਤਮਾ ਆਪਦੇ ਮੈਸੇਜ ਕਨਵੇ ਕਰਦਾ, ਜੋ ਕਰਦਾ ਉਹ ਕਰਦਾ। ਸੋ ਹਮੇਸ਼ਾ ਰੱਬ ਦਾ ਨਾਮ ਜਪਦੇ ਰਹੋ, ਜਪਾਉਂਦੇ ਰਹੋ, ਅਤੇ ਜਿੰਨਾ ਕੋ ਪਿਆਰ ਹੋ ਸਕੇ ਮੈਨੂੰ ਵੀ ਦਿੰਦੇ ਰਹਿਣਾ, ਠੀਕ ਹੈ। ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ। ਸੋ ਦੋਸਤੋ, ਹੁਣ ਦੇਖਣਾ ਇਹ ਹੋਏਗਾ ਕਿ ਸ਼ਹਿਨਾਜ਼ ਗਿੱਲ ਆਪਣੇ ਹੇਟਰਸ ਨੂੰ ਜਵਾਬ ਦਿੰਦੀ ਹੈ।